ਨਾਮ ਆਪਣਾ? ਮੇਰਾ ਨਾਮ ਸ਼ਾਮ ਸੁੰਦਰ ਚੋਪੜਾ ਜੀ। ਤੇ ਕੀ ਗੱਲਬਾਤ ਹੋਈ ਹੈ ਕਿ ਕੀ ਝਗੜਾ, ਲੜਾਈ ਝਗੜਾ ਕੀ ਹੋਇਆ? ਲੜਾਈ ਝਗੜਾ ਸਾਡਾ ਨਾ ਇਹਨਾਂ ਦਾ ਚੱਲਦਾ, ਅਸੀਂ ਨਜਾਇਜ਼ ਉਸਾਰੀ ਕਰ ਰਹੇ ਆ। ਕੌਣ ਕਰ ਰਿਹਾ ਨਜਾਇਜ਼ ਉਸਾਰੀ? ਇਹ ਜਿਹੜਾ ਇਹਦਾ ਨਾਂ ਹੈਗਾ ਰਾਜੂ ਲੂਥਰ, ਇਹ ਕਰ ਰਿਹਾ। ਇਹਨੇ ਚਾਰ ਚਾਰ ਫੁੱਟ ਅੱਗੇ ਵਧਾ ਲਿਆ ਔਰ ਸਾਡੇ ਮਕਾਨ ਨੂੰ ਇਹਨੇ ਡੈਮੇਜ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਉਹਦੀਆਂ ਕੰਪਲੇਂਟਾਂ ਕਾਰਪੋਰੇਸ਼ਨ ਨੂੰ ਵੀ ਕੀਤੀਆਂ ਔਰ ਉਸ ਉਹ ਬੰਦਾ ਜਿਹੜਾ ਆਇਆ ਇਹ ਕਹਿੰਦਾ ਮੈਂ ਕਾਰਪੋਰੇਸ਼ਨ ਨੂੰ ਜੇਲ੍ਹ 'ਚ ਪਾਈ ਫਿਰਦਾ। ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਇਹਨੇ 'ਤੇ। ਇਹਨਾਂ ਨੇ ਜਿੰਨੀ ਵੀ ਉਸਾਰੀ ਕੀਤੀ ਆ ਨਜਾਇਜ਼ ਕੀਤੀ ਆ। ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਰਹੇ ਹਾਂ, ਇਹਨਾਂ ਨੇ ਵਿੱਚ ਮੂਹਰੇ ਕੱਚੀ ਜਗ੍ਹਾ ਵੀ ਛੱਡੀ ਹੋਈ ਆ, ਉੱਥੇ ਨਿਓਲੇ ਆਉਂਦੇ ਆ ਔਰ ਚੂਹੇ ਆਉਂਦੇ ਆ, ਸਾਡੇ ਘਰ 'ਚ ਵੜ ਰਹੇ। ਅਸੀਂ ਇਹਨਾਂ ਨੂੰ ਕਹਿੰਦੇ ਹਾਂ ਤਕਲੀਫ ਬਹੁਤ ਜ਼ਿਆਦਾ। ਅਸੀਂ ਇਹ ਤਾਂ ਹੋਇਆ ਗੱਲ ਹੋਈ ਇਹ, ਅਸੀਂ ਇਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਇਹਨਾਂ ਦਾ ਜੋ ਵੀ ਗੱਲ ਸੀਗੀ ਅਸੀਂ ਕੋਰਟ 'ਚ ਕੇਸ ਪਾ ਤਾ ਤਾਂ ਕਿ ਜੋ ਵੀ ਕੋਰਟ ਕਰੇ ਸਹੀ ਕਰੇ, ਆਪੇ ਉਹ ਠੀਕ ਕਰੇਗੀ। ਇਹਨਾਂ ਨੇ ਸਾਨੂੰ ਇਸ ਗੱਲ 'ਚ ਲੈ ਕੇ ਕਿ ਤੁਸੀਂ ਕੋਰਟ ਦਾ ਕੇਸ ਵਾਪਸ ਲੈ ਲਓ ਤਾਂ ਅਸੀਂ ਜਿੱਦਾਂ ਤੁਸੀਂ ਕਹੋਗੇ ਕਰ ਦੇਵਾਂਗੇ। ਅਸੀਂ ਕਿਹਾ ਤੁਸੀਂ ਜਿਹੜਾ ਜਿਹੜਾ ਪਹਿਲਾਂ ਦਾ ਠੀਕ ਕਰੋ, ਫਿਰ ਅਸੀਂ ਕੋਰਟ ਦਾ ਕੇਸ ਫਿਰ ਦੇਖਾਂਗੇ ਕੀ ਕਰਦਾ ਕੀ ਨਹੀਂ ਕਰਦਾ। ਇਸ ਬੰਦੇ ਨੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ, ਸਾਡੇ ਕੋਈ ਪਰੂਫ ਤਾਂ ਚਾਹੀਦਾ ਨਾ। ਅਸੀਂ ਇਹਦੀ ਫੋਟੋ ਬਣਾਈ ਬਿਲਡਿੰਗ ਦੀ, ਅਸੀਂ ਇੱਕ ਨੇ ਬਣਾਈ, ਚਾਰ ਬਣਾਈਆਂ, ਛੇ ਬਣਾਈਆਂ, ਕੋਰਟ 'ਚ ਪੇਸ਼ ਵੀ ਕੀਤੀਆਂ ਜਿਹੜੀਆਂ ਜਦੋਂ ਕੇਸ ਕੀਤਾ। ਹੁਣ ਫਿਰ ਬਣਾਉਂਦੇ ਹਾਂ, ਸਾਡੇ ਵਕੀਲ ਸਾਹਿਬ ਕਹਿੰਦੇ ਜਿੰਨੀਆਂ ਤੁਸੀਂ ਫੋਟੋ ਲਿਆਓਗੇ ਅਸੀਂ ਕੋਰਟ ਨੂੰ ਦੱਸ ਸਕਾਂਗੇ ਆਹ ਕੰਮ ਹੁੰਦਾ ਪਿਆ। ਉਸ ਨੂੰ ਸਾਨੂੰ ਰੋਕਣ ਵਾਸਤੇ ਫੋਟੋ ਮੈਨੂੰ ਨਾ ਨਹੀਂ ਕਰਨੀ ਆਉਂਦੀ, ਮੇਰੀ ਮਿਸਿਜ਼ ਨੂੰ ਨਹੀਂ ਬਹੁਤੀ ਕਰਨੀ ਆਉਂਦੀ, ਮੇਰੀ ਜਿਹੜੀ ਮੇਡ ਘਰ ਕੰਮ ਕਰਦੀ ਆ ਉਹਨੂੰ ਕਰਨੀ ਆਉਂਦੀ ਆ। ਅਸੀਂ ਬਾਹਰ ਖੜ੍ਹੇ ਸੀਗੇ ਅਤੇ ਮੇਡ ਨੇ ਫੋਟੋ ਕੀਤੀ, ਇਹਨੇ ਮੇਡ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਇੱਥੋਂ ਦਫਾ ਹੋ ਜਾ, ਮੈਂ ਤੈਨੂੰ ਨਾ ਚੋਰੀ ਦੇ ਇਲਜ਼ਾਮ ਵਿੱਚ ਫਸਾ ਦਊਂਗਾ। ਇੱਕ ਵਾਰੀ ਨਹੀਂ ਕਿਹਾ, ਛੇ ਵਾਰੀ ਕਿਹਾ। ਮੇਰੀ ਮਿਸਿਜ਼ ਨੇ ਇਹਨੂੰ ਇਹ ਗੱਲ ਕਹੀ ਕਿ ਤੂੰ ਕੌਣ ਉਹਨਾਂ ਚੋਰੀ ਦੇ ਕੇਸ ਵਿੱਚ ਫਸਾਉਣ ਵਾਲਾ, ਕੁੜੀ ਨੂੰ ਪਿੱਛੇ ਕੀਤਾ। ਇਹਨੇ ਮੇਰੀ ਮਿਸਿਜ਼ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਕਿ ਮੈਂ ਇੱਥੇ ਕੈਮਰੇ ਦੇ ਮੂਹਰੇ ਜਾਂ ਮੈਂ ਵਾਰ ਵਾਰ ਦੁਹਰਾਉਣਾ ਵੀ ਨਹੀਂ ਚਾਹੁੰਦਾ ਕਿਉਂਕਿ ਮੇਰੇ ਮਿਸਿਜ਼ ਨੂੰ ਕੱਢੀਆਂ ਇਹਨੇ ਗਾਲਾਂ। ਔਰ ਉਹਦੇ ਬਦਲੇ ਨੇ ਹੋਰ ਬਹੁਤ ਕੁਛ ਕੀਤਾ। ਮੈਂ ਇਕੱਲਾ, ਮੇਰੀ ਉਮਰ 74 ਸਾਲ ਦੀ ਆ, ਮੈਂ ਇੰਨਾ ਲੜ ਨਹੀਂ ਸਕਦਾ, ਮੈਨੂੰ ਇਹਨੇ ਧੱਕੇ ਵੀ ਦਿੱਤੇ, ਸਭ ਕੁਛ ਕੀਤਾ। ਇਹ ਬਦਮਾਸ਼ ਟਾਈਪ ਦਾ ਬੰਦਾ ਆ, ਇਹ ਕਹਿੰਦਾ ਮੈਂ ਬਦਮਾਸ਼ ਹਾਂ, ਮੈਂ ਮੇਰਾ ਤੁਸੀਂ ਜੋ ਕਰਨਾ ਕਰ ਲਓ, ਕਾਰਪੋਰੇਸ਼ਨ ਤਾਂ ਕਾਨੂੰਨ ਨੂੰ ਤਾਂ ਮੈਂ ਜੇਬ 'ਚ ਪਾਈ ਫਿਰਦਾ ਰਹਿੰਦਾ, ਕਾਨੂੰਨ ਨੂੰ ਤਾਂ ਮੈਂ ਜੇਬ 'ਚ ਪਾਈ ਫਿਰਦਾ ਰਹਿੰਦਾ। ਔਰ ਫਿਰ ਉਸ ਟਾਈਪ ਵਿੱਚ ਅਸੀਂ ਆਪਣੇ ਬੱਚੇ ਨੂੰ ਨਹੀਂ ਦੱਸਿਆ ਕਿ ਬਈ ਆਹ ਇਹਨੇ ਆਹ ਕੰਮ ਕੀਤਾ। ਅਸੀਂ ਦੂਸਰੇ ਸਾਡੇ ਡਰਾਈਵਰ ਨੇ ਬੱਚੇ ਨੂੰ ਦੱਸ ਦਿੱਤਾ ਕਿ ਘਰ ਮੰਮੀ ਤਾਂ ਲੰਮੇ ਪਏ ਆ, ਉਹ ਮਤਲਬ ਬੜੇ ਬੇਹੋਸ਼ ਜਿਹੇ ਪਏ ਆ, ਆਹ ਗੱਲ ਹੋਈ ਆ। ਸਾਡਾ ਬੱਚਾ ਆਇਆ, ਉਹਨੇ ਇਹਨੂੰ ਕਿਹਾ ਕਿ ਤੂੰ ਇਹ ਨਜਾਇਜ਼ ਕੰਮ ਮੇਰੀ ਮੰਮੀ ਨੂੰ ਗਾਲ ਕੱਢੀ ਆ, ਤੂੰ ਹੁਣ ਇਹਦੀ ਨਾ ਮਾਫ਼ੀ ਮੰਗੇਗਾ, ਫਿਰ ਤੇਰੀ ਜਾਨ ਛੁੱਟਣੀ, ਨਹੀਂ ਤਾਂ ਤੇਰੀ ਜਾਨ ਨਹੀਂ ਛੁੱਟਣੀ। ਮੈਂ ਤੈਨੂੰ ਨਾ ਵਿੱਚ ਨਾ ਨੰਗਾ ਕਰੂੰਗਾ ਅਤੇ ਤੈਨੂੰ ਤੇਰਾ ਪਤਾ ਲੱਗੂਗਾ ਕੋਰਟ ਕਚਹਿਰੀ ਤੂੰ ਕਿਸ ਤਰ੍ਹਾਂ ਦਾ ਬੰਦਾ ਆਇਆ। ਔਰ ਇਹਨੇ ਸੋਚਿਆ ਕਿ ਮੈਂ ਇਹ ਗੱਲ ਕਰਾਂ, ਸਾਨੂੰ ਇਹਨੇ ਇਸ ਪਾਸੇ ਲਾ ਲਿਆ, ਬੰਦੇ ਸਾਡੇ ਕੋਲ ਭੇਜ ਕੇ ਹਾਂਜੀ ਰੋਲ ਲੜਾਈ ਕਰਨ ਤੋਂ ਬਾਅਦ ਇਹਨੇ ਸਾਡੇ ਘਰ ਬੰਦੇ ਭੇਜ ਕੇ ਸਾਨੂੰ ਇਸ ਪਾਸੇ ਲਾ ਤਾ ਕਿ ਸਾਡੀ ਤਾਂ ਕੋਈ ਗੱਲ ਹੀ ਨਹੀਂ, ਤੁਸੀਂ ਜਿਹੜਾ ਕੇਸ ਕੀਤਾ ਸਾਡਾ ਵਾਪਸ ਲੈ ਲਓ, ਤੁਸੀਂ ਜਿੱਦਾਂ ਕਹੋਗੇ ਮੈਂ ਕਰ ਦਊਂਗਾ। ਮੈਂ ਕਿਹਾ ਕੇਸ ਤਾਂ ਮੈਂ ਵਾਪਸ ਲੈਣਾ ਨਹੀਂ, ਤੂੰ ਜਿਹੜਾ ਨਜਾਇਜ਼ ਪਹਿਲੇ ਕੰਮ ਕੀਤਾ ਉਹਨੂੰ ਠੀਕ ਕਰ, ਫਿਰ ਕੇਸ ਦੀ ਗੱਲ ਹੋਊਗੀ, ਕੋਰਟ ਵਿੱਚ ਹੋਊਗੀ। ਫਿਰ ਇਹਨੇ ਸਾਨੂੰ ਧਮਕੀਆਂ ਦਿੱਤੀਆਂ, ਸਾਨੂੰ ਕਹਿੰਦਾ ਮੇਰੀ ਤੁਸੀਂ ਬਦਮਾਸ਼ੀ ਨਹੀਂ ਦੇਖੀ, ਮੈਂ ਇਹ ਕਰ ਦੂੰਗਾ, ਮਤਲਬ ਹੋਰ ਤਰ੍ਹਾਂ ਕਰਦਾ ਰਿਹਾ। ਜਿਹੜੀ ਇਹਨੇ ਸਾਨੂੰ ਮੇਰੀ ਮਿਸਿਜ਼ ਨੂੰ ਗਾਲਾਂ ਕੱਢੀਆਂ, ਇਹ ਮੈਂ ਹੁਣ ਦੱਸ ਦਿੰਦਾ ਕੀ ਕਿਹਾ ਇਹਨੇ। ਮੇਰੀ ਮਿਸਿਜ਼ ਨੂੰ ਕਹਿੰਦਾ ਕੰਜਰੀਏ, ਮੈਂ ਤੈਨੂੰ ਤੇਰੀ ਨਾ ਨੰਗੀ ਕਰਕੇ ਗਲੀ ਵਿੱਚ ਤੈਨੂੰ ਫੇਰੂੰਗਾ, ਇਹਨੇ ਇਹ ਲਫ਼ਜ਼ ਕਹੇ। ਉਸ ਚੀਜ਼ 'ਤੇ ਮੇਰਾ ਬੱਚਾ ਬੜਾ ਭੜਕ ਗਿਆ। ਦੂਸਰੇ ਦਿਨ ਉਹਨੇ ਇਹਦਾ ਇੱਕ ਗਮਲਾ ਵੀ ਭੰਨਿਆ ਹੈ, ਕੰਜਰਾ ਤੂੰ ਕੌਣ ਹੁੰਦਾ, ਇਹ ਦੁਕਾਨ 'ਤੇ ਸੀਗਾ, ਇਹ ਫਿਰ ਆ ਗਿਆ ਨਾਲ ਬੰਦੇ ਪੰਜ ਛੇ ਲਿਆਇਆ।
ਸਾਰੀਆਂ ਚੀਜ਼ਾਂ ਕੈਮਰਿਆਂ ਵਿੱਚ ਹੈਗੀਆਂ, ਉੱਥੇ ਚਾਰ ਕੈਮਰੇ ਲੱਗੇ ਆ, ਇੱਕ ਮੇਰੀ ਕੋਠੀ 'ਚ ਵੀ ਕੈਮਰਾ ਲੱਗਾ, ਇਹਦੀ ਆਵਾਜ਼ ਜਿਹੜੀ ਮੈਂ ਗੱਲ ਦੱਸੀ, ਜਿਹੜੀ ਇਹਨੇ ਗਾਲ ਕੱਢੀ ਆ, ਉਹ ਸਾਡੇ ਕੋਲ ਸਾਡੇ ਰਿਕਾਰਡ 'ਚ ਹੈਗੀ ਆ, ਜੋ ਕੁਛ ਹੋਇਆ ਸਾਡੇ ਰਿਕਾਰਡ 'ਚ ਹੈਗੀ। ਪੁਲਿਸ ਨੇ ਸਾਡੇ ਨਾਲ ਨਜਾਇਜ਼ ਕੀਤੀ ਆ, ਪਤਾ ਨਹੀਂ ਕਿਉਂ ਕੀਤੀ ਆ। ਇਹਨਾਂ ਵਿੱਚ ਬੰਦੇ ਐਸੇ ਵੀ ਹੈਗੇ ਆ ਜਿਹੜੇ ਪੁਲਿਸ ਦੇ ਵਾਕਫ ਆ, ਜਾਂ ਉਹਨਾਂ ਦੀ ਚਿਮਚਾਗਿਰੀ ਕਰਦੇ ਆ। ਇਹਨਾਂ ਨੇ ਇਸ ਕਰਕੇ ਸਾਡੇ 'ਤੇ ਕੇਸ ਕਰਤਾ। 8:30 ਦੁਕਾਨ 'ਤੇ ਪੁਲਿਸ ਗਈ ਆ ਰਾਤੀ, ਅੱਜ ਉਹ ਆਪਣਾ ਬੇਟਾ ਸੀਗਾ, ਮੈਂ ਤਾਂ ਦੁਕਾਨ 'ਤੇ ਘੱਟ ਵੱਟ ਜਾਂਦਾ, ਮੇਰੀ ਉਮਰ ਜ਼ਿਆਦਾ, ਮੈਨੂੰ ਬਿਮਾਰੀਆਂ ਬਹੁਤ ਆ, ਹਾਰਟ ਦੀ ਬਿਮਾਰੀ ਆ, ਸ਼ੂਗਰ ਦੀ ਬਿਮਾਰੀ ਆ, ਫਲਾ ਕਈ ਬਿਮਾਰੀਆਂ ਹੈਗੀਆਂ। ਉਹ ਮੁੰਡੇ ਨੂੰ 8:30 ਰੈਸਟ ਕਰਨ ਗਏ, ਉਹਨੂੰ ਪੁੱਛਿਆ ਉਹਨੇ ਕਿਸ ਕਰਕੇ ਮੈਨੂੰ ਰੈਸਟ ਕਰਨਾ, ਮੈਂ ਕੀਤਾ ਕੀ ਆ। ਉਹ ਚੌਂਕੀ ਚਲੋ ਫਿਰ ਦੱਸਾਂਗੇ, ਮਤਲਬ ਨਜਾਇਜ਼ ਇਹਨਾਂ ਨੇ ਸਾਡੇ ਨਾਲ ਕੀਤੀ ਆ ਬਹੁਤ ਜ਼ਿਆਦਾ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਨਜਾਇਜ਼ ਉਸਾਰੀ ਕਰ ਰਿਹਾ, ਔਰ ਉਹ ਮੁੰਡੇ ਨੂੰ 8:30 ਰੈਸਟ ਕਰਨ ਗਏ, ਉਹਨੂੰ ਪੁੱਛਿਆ ਉਹਨੇ ਕਿਸ ਕਰਕੇ ਮੈਨੂੰ ਰੈਸਟ ਕਰਨਾ, ਮੈਂ ਕੀਤਾ ਕੀ ਆ। ਉਹ ਚੌਂਕੀ ਚਲੋ ਫਿਰ ਦੱਸਾਂਗੇ, ਮਤਲਬ ਨਜਾਇਜ਼ ਇਹਨਾਂ ਨੇ ਸਾਡੇ ਨਾਲ ਕੀਤੀ ਆ ਬਹੁਤ ਜ਼ਿਆਦਾ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਨਜਾਇਜ਼ ਉਸਾਰੀ ਕਰ ਰਿਹਾ, ਔਰ ਕਿਆ ਤੁਹਾਨੂੰ ਲੱਗਦਾ ਕਿ ਉਹਦੇ ਕੋਈ ਰਾਜਨੈਤਿਕ ਰਿਲੇਸ਼ਨ ਵੀ ਹੈਗੇ ਆ ਕਿਸੇ ਪਾਰਟੀ ਨਾਲ? ਇਹਦੇ ਰਾਜਨੀਤਿਕ ਰਿਲੇਸ਼ਨ ਕਈਆਂ ਨਾਲ ਹੈਗੇ ਆ, ਪਤਾ ਨਹੀਂ ਕਿਹਦੇ ਕਿਹਦੇ ਨਾਲ ਹੈਗੇ। ਅਸੀਂ ਬਹੁਤਾ ਇੰਟਰਸਟ ਨਹੀਂ ਲੈਂਦੇ ਕਿਸੇ ਦੇ ਘਰ ਕੀ ਹੁੰਦਾ, ਕੀ ਕਰਦਾ ਕੀ ਨਹੀਂ ਕਰਦਾ। ਅੱਛਾ, ਫਿਰ ਇਹ ਮੇਰੇ ਘਰ ਇੱਕ ਵਾਰੀ ਆਇਆ ਅਤੇ ਕਹਿੰਦਾ ਜਰਾ ਭਾਅ ਜੀ ਨੂੰ ਮਿਲਣਾ। ਮੈਂ ਗਿਆ ਸੀਗਾ ਫਲੱਸ 'ਚ, ਅਤੇ ਮੈਂ ਜਦੋਂ ਆਇਆ ਮਿਸਿਜ ਨੇ ਕਿਹਾ ਚਾਹ ਪੀ ਲਓ। ਚਾਹ ਪੀ ਕੇ ਕਹਿੰਦੇ ਇਹਦੀ ਗੱਲ ਸੁਣ ਲਓ ਕੀ ਕਹਿੰਦਾ ਆ। ਇਹ ਅੱਜ ਤੋਂ 4 ਮਹੀਨੇ ਪਹਿਲਾਂ ਦੀ ਗੱਲ ਆ। ਮੈਂ ਇਹਦੇ ਘਰ ਗਿਆ, ਘਰ ਜਾ ਕੇ ਮੈਂ ਬੈੱਲ ਕੀਤੀ, ਇਹਨਾਂ ਦੀ ਮਿਸਿਜ ਬਾਹਰ ਨਿਕਲੇ, ਉਹਨਾਂ ਨੇ ਕਿਹਾ ਆ ਜਾਓ ਅੰਕਲ ਜੀ ਅੰਦਰ ਆ ਜਾਓ। ਮੈਂ ਕਿਹਾ ਬੇਟੇ ਮੈਂ ਰਾਜੂ ਨੂੰ ਮਿਲਣ ਆਇਆ, ਕੀ ਗੱਲ ਆ, ਸਾਡੇ ਘਰ ਗਿਆ ਸੀਗਾ, ਮੈਨੂੰ ਦੱਸ ਦਿਓ ਕੀ ਗੱਲ ਆ, ਮੈਂ ਸਮਝ ਲੈਂਦਾ, ਕੋਈ ਗੱਲ ਨਹੀਂ। ਉਹ ਕਹਿੰਦੀ ਅੰਕਲ ਜੀ ਤੁਸੀਂ ਪਹਿਲੀ ਵਾਰੀ ਸਾਡੇ ਘਰ ਆਏ, ਅੰਦਰ ਆਓ ਤੁਸੀਂ, ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਚਲੇ ਗਿਆ, ਉਹਨਾਂ ਦੇ ਡਰਾਇੰਗ ਰੂਮ 'ਚ ਨਾਲ ਹੀ ਗੇਟ ਵੜਦਾ, ਨਾਲ ਹੀ ਡਰਾਇੰਗ ਰੂਮ ਆ, ਉੱਥੇ ਮੈਂ ਕਿਹਾ ਉਹਨਾਂ ਨੇ ਠੰਡਾ ਲੈ ਆਉਂਦਾ ਕੋਲਡ ਡਰਿੰਕ, ਉਹਨਾਂ ਨੇ ਮੈਨੂੰ ਕਿਹਾ ਪੀਓ, ਮੈਂ ਕਿਹਾ ਮੈਂ ਚਾਹ ਪੀ ਕੇ ਆਇਆ। ਉਹ ਗੱਲ ਉਹਨਾਂ ਨੇ ਕਿਹਾ ਮੈਂ ਤੁਸੀਂ ਪਹਿਲੀ ਵਾਰੀ ਆਏ ਜ਼ਰੂਰ ਪਿਲਾਉਣਾ। ਮੈਂ 10 ਮਿੰਟ ਬਹਿ ਗਿਆ, ਦੂਜੇ ਦਿਨ ਮੈਨੂੰ ਇਹਨੇ ਕੰਜਰ ਨੇ ਕੰਪਲੇਂਟ ਕੀਤੀ ਕਿ ਤੂੰ ਮੇਰੇ ਘਰ ਆਇਆ, ਮੇਰੀ ਜਨਾਨੀ ਕੋਲ ਬੈਠਾ ਤੂੰ। ਮੈਂ ਕਿਹਾ ਤੇਰੀ ਜਨਾਨੀ ਕੋਲ ਬੈਠਾ, ਤੇਰੀ ਜਨਾਨੀ ਸਾਡੀ ਬੱਚਿਆਂ ਵਰਗੀ ਆ, ਜਿੰਨੀ ਤੇਰੀ ਜਨਾਨੀ ਦੀ ਉਮਰ ਆ ਉੰਨੀ ਤਾਂ ਮੇਰੀ ਬੇਟੀ ਦੀ ਉਮਰ ਆ, ਉਹਦੇ ਨਾਲ 2 ਸਾਲ ਵੱਡੀ ਹੋਊਗੀ। ਮੈਂ ਕਿਹਾ ਤੇਰੀ ਸੋਚਣੀ ਗਲਤ ਆ। ਫਿਰ ਕਹਿੰਦਾ ਤੁਸੀਂ ਕੋਠਾ ਟੱਪ ਕੇ ਆਉਂਦੇ ਮੇਰੀ ਜਨਾਨੀ ਦੇ ਕੋਲ, ਮੇਰੇ ਬੈੱਡਰੂਮ 'ਚ ਆਉਂਦੇ ਆ। ਮੈਂ ਕਿਹਾ ਤੇਰੀ ਸੋਚ ਗਲਤ ਆ, ਅਸੀਂ ਨਹੀਂ ਇੱਦਾਂ ਦੇ ਕੰਮ ਕਰਦੇ, ਸਾਡੇ ਬੱਚਿਆਂ ਵਰਗੀ ਹੈ। ਜਦੋਂ ਲੜਾਈ ਝਗੜੇ ਵਿੱਚ ਵੀ ਮੇਰੇ ਬੇਟੇ ਨੇ ਉਹਨੂੰ ਕਿਹਾ, ਉਹਦੇ ਪੈਰੀ ਹੱਥ ਨੇ ਗੋਡੇ ਹੱਥ ਲਾਇਆ, ਭੈਣ ਤੂੰ ਮੇਰੀ ਭੈਣ ਲੱਗਦੀ ਆ, ਤੂੰ ਪਰੇ ਹੋ ਜਾ, ਤੂੰ ਲੜਾਈ 'ਚ ਨਾ ਆ। ਇਹਦੀ ਨੌਕਰਿਆਂ ਨਹੀਂ ਆਈ ਵਿੱਚ, ਇਹਨਾਂ ਨੇ ਪਲੈਨਿੰਗ ਬਣਾਈ ਹੋਈ ਸੀ, ਉਹ ਆਈ, ਉਹਨੂੰ ਕਿਹਾ ਬੇਟਾ ਤੂੰ ਪਰੇ ਹੋ ਜਾ, ਤੇਰਾ ਕੋਈ ਕੰਮ ਨਹੀਂ, ਸਾਡੀ ਆਪਸ 'ਚ ਗੱਲਬਾਤ ਹੁੰਦੀ ਪਈ ਆ, ਕਰਦੇ ਪਏ ਆ, ਲੜਾਈ ਕਰਦੇ ਪਏ ਆ, ਕੁਛ ਕਰਦੇ ਪਏ। ਸਾਡਾ ਸਾਰਾ ਜਿੰਨਾ ਵੀ ਝਗੜਾ ਸੀਗਾ ਇਸ ਗੱਲ ਤੋਂ ਹੋਇਆ ਕਿ ਇਹਨੇ ਮੇਰੀ ਮਿਸਿਜ ਨੂੰ ਜੋ ਗੱਲ ਮੈਂ ਤੁਹਾਨੂੰ ਦੱਸੀ ਆ ਦੁਹਰਾਉਣਾ ਨਹੀਂ ਚਾਹੁੰਦਾ, ਉਹ ਗੱਲ ਕਹੀ।